ਭਾਜੀ ਥੋੜ੍ਹਾ ਜਿਹਾ ਵੱਡੇ ਵੀਰੇ ਬੂਟਾ ਲਵਾਂਗੇ, ਫੋਟੋ ਖਿੱਚਿਆ ਬੂਟਾ ਲਵਾਂ, ਬੂਟੇ ਲਾਵਾਂ ਕਿੱਥੇ ਲਾਈ ਦੋ ਗੇ ਜਿਹੜੇ ਆਪਣੇ ਲੋਕਲ ਬੰਦੇ ਯਾਰ ਹਰਿਮੰਦਰ ਸਾਹਿਬ ਪਹੁੰਚੇ, ਕੀ ਕਹਿਣਾ ਚਾਹੁੰਦੇ? ਬਹੁਤ ਵਧੀਆ ਜੀ ਲੱਗ ਰਿਹਾ, ਅਸੀਂ ਸਾਰੀ ਟੀਮ ਨਾਲ ਆਏ ਹਾਂ, ਬੀਬੀ ਰਜਨੀ ਜੀ ਦੀ ਟੀਮ ਨਾਲ ਆਏ ਹਾਂ ਅਤੇ ਅਸੀਂ ਹੁਣੇ ਮੱਥਾ ਟੇਕ ਕੇ ਹਟੇ ਹਾਂ ਤਾਂ ਬਹੁਤ ਵਧੀਆ ਲੱਗ ਗਿਆ। ਅੱਜ ਫਿਲਮ ਜਿਹੜੀ ਤੁਹਾਡੀ ਆ ਰਹੀ ਹੈ ਜਾਂ ਉਹਦੇ ਕਰਕੇ ਆਏ ਸੀ? ਨਹੀਂ ਜੀ, ਵੈਸੇ ਵੀ ਆਉਂਦੇ ਰਹਿੰਦੇ ਹਾਂ ਅਸੀਂ, ਬਲੈਸਿੰਗ ਲੈਣ ਆਏ ਹਾਂ ਅਸੀਂ ਸਾਰੀ ਟੀਮ ਆਈ ਹੈ ਜੀ। ਫਿਲਮ ਅਗਸਤੀ ਨੂੰ ਜੀ। ਅੱਛਾ, ਤੁਹਾਡਾ ਕਿਸ ਤਰ੍ਹਾਂ ਦਾ ਰੋਲ ਹੈਗਾ ਇਸ 'ਚ? ਜੀ ਮੈਂ ਬੀਬੀ ਰਜਨੀ ਜੀ ਦਾ ਰੋਲ ਪਲੇ ਕਰ ਰਹੀ ਹਾਂ। ਕਿਰਦਾਰ ਜੋ ਰਿਸਰਚ ਨੇ ਪੈਰਾਮੀਟਰ ਕੱਢਿਆ, ਇਤਿਹਾਸਕ ਕਿਤਾਬਾਂ ਪੜ੍ਹ ਕੇ, ਇਤਿਹਾਸਕ ਕਹਾਣੀਆਂ ਸੁਣ ਕੇ ਜਾਂ ਸ਼੍ਰੋਮਣੀ ਕਮੇਟੀ ਨੇ ਜੋ ਦੱਸਿਆ, ਹਾਂ, ਸੋ ਉਹਦੇ ਹਿਸਾਬ ਨਾਲ ਇੱਕ ਸਕ੍ਰਿਪਟ ਬਣੀ, ਇਹਨਾਂ ਨੇ ਤੇ ਉਹ ਚੈੱਕ ਕੀਤਾ। ਤੁਹਾਨੂੰ ਕਿੱਦਾਂ ਲੱਗਿਆ ਫਿਰ ਬੀਬੀ ਜੀ ਦਾ ਰੋਲ ਕਰਕੇ? ਬੀਬੀ ਰਜਨੀ ਦਾ ਐਡਾ ਵੱਡਾ ਇਤਿਹਾਸ ਆ ਉਹਨਾਂ ਦਾ ਜੀ, ਤਾਂ ਤੁਹਾਨੂੰ ਰੋਲ ਕਰਕੇ ਕਿੱਦਾਂ ਦਾ ਲੱਗਿਆ? ਸਾਡੀ ਸਾਰੀ ਟੀਮ ਲਈ ਜੀ ਬਹੁਤ ਮਾਣ ਵਾਲੀ ਗੱਲ ਆ ਕਿ ਅਸੀਂ ਇਸ ਟੀਮ ਦਾ ਹਿੱਸਾ ਆਏ ਸੀ, ਇਸ ਫਿਲਮ ਦਾ ਹਿੱਸਾ ਆ, ਬਹੁਤ ਵਧੀਆ ਲੱਗਿਆ ਜੀ। ਠੀਕ ਹੈ, ਹਾਂਜੀ, ਅੱਜ ਦਰਸ਼ਨ ਮੇਲੇ ਕਰਨ ਆਏ ਸੀਗੇ, ਫਿਲਮ ਸਾਡੀ ਆ ਰਹੀ ਆ ਬੀਬੀ ਰਜਨੀ, ਜਿਹਦਾ ਇਤਿਹਾਸ ਸਾਰਿਆਂ ਨੂੰ ਪਤਾ ਜੀ, ਹੈ ਨਾ, ਔਰ ਉਹਦੀ ਅਰਦਾਸ ਬੇਨਤੀ ਕਰਨ ਆਏ ਸੀ ਮਹਾਰਾਜ ਦੇ ਦਰ ਦੇ ਉੱਤੇ ਕਿ ਕਾਮਯਾਬੀ ਬਖਸ਼ਣ, ਹੈ ਨਾ, ਜੋ ਵੀ ਰਹਿਤ ਮਰਿਆਦਾ ਹਰ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਹ ਫਿਲਮ ਜਿਹੜੀ ਬਣਾਉਣੀ ਆ, ਔਰ ਇਤਿਹਾਸ ਨੂੰ ਇਤਿਹਾਸ ਦੇ ਤਰੀਕੇ ਨਾਲ ਹੀ ਸਿਨੇਮੇ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਸੋ 30 ਤਰੀਕ ਨੂੰ ਸਾਡੀ ਫਿਲਮ 30 ਅਗਸਤ ਨੂੰ ਪੂਰੀ ਦੁਨੀਆ ਦੇ ਵਿੱਚ ਰਿਲੀਜ਼ ਹੋ ਜਾਣੀ ਆ, ਸੋ ਉਸ ਚੀਜ਼ ਦੀ ਅਸੀਂ ਮਤਲਬ ਸਾਡੇ ਮਤਲਬ ਪਿਓ ਦਾ ਘਰ ਹੈ ਜੀ, ਅਸੀਂ ਮਹਾਰਾਜ ਦੇ ਦਰ ਦੇ ਉੱਤੇ ਨਤਮਸਤਕ ਹੋਣ ਆਏ ਸੀ। ਰਜਨੀ ਦਾ ਜੀ ਬਹੁਤ ਵੱਡਾ ਇਤਿਹਾਸ ਹੈ ਇੱਥੇ। ਹਾਂਜੀ ਹਾਂਜੀ, ਤੁਸੀਂ ਜਿਹੜੇ ਕਿਰਦਾਰ ਇਸ ਫਿਲਮ 'ਚ ਚੁਣੇ ਗਏ ਨੇ, ਕਿਸ ਤਰ੍ਹਾਂ ਦੇ ਕਿਰਦਾਰ ਨੇ, ਕਿੱਦਾਂ ਦਾ ਰੋਲ ਇਹ 'ਚ ਨਿਭਾਇਆ ਗਿਆ ਜਿਹੜਾ? ਦੇਖੋ, ਜੋ ਇਤਿਹਾਸ ਕਹਿੰਦਾ, ਆਪਣੇ ਮਨ ਘੜੰਤ ਕੁਛ ਵੀ ਚੀਜ਼ ਨਹੀਂ, ਜੋ ਇਤਿਹਾਸ ਕਹਿੰਦਾ, ਜੋ ਬਚਪਨ ਤੋਂ ਸੁਣਦੇ ਆ ਰਹੇ ਹਾਂ, ਬਸ ਸੇਮ ਉਸੇ ਚੀਜ਼ 'ਤੇ ਫਿਲਮ ਬਣੀ ਹੈ। ਜੋ ਲੋਕਾਂ ਦੀਆਂ ਭਾਵਨਾਵਾਂ ਨੇ, ਜੋ ਲੋਕ, ਜੋ ਅਸੀਂ ਸੁਣਿਆ, ਜੋ ਤੁਸੀਂ ਸੁਣਿਆ, ਜੋ ਸਾਡੇ ਦਾਦੇ ਦਾਦੀਆਂ ਉਹਨਾਂ ਦੇ ਬਜ਼ੁਰਗ ਸੁਣਾਉਂਦੇ ਰਹੇ, ਸੇਮ ਹਨ, ਬਿਲਕੁਲ ਜੀ, ਉਸੇ ਫਲਸਫੇ 'ਤੇ ਫਿਲਮ ਬਣੀ ਹੈ। ਫਿਲਮ 'ਚ ਉਹ ਚੀਜ਼ ਦਰਸਾਈ ਗਈ ਹੈ ਜੀ, ਜਿਹੜਾ ਜਿਵੇਂ ਕਿ ਆਪਣਾ ਇਤਿਹਾਸ ਦੱਸਦਾ ਹੈਗਾ, ਉਹ ਫਿਲਮ 'ਚ ਦਰਸਾਇਆ ਗਿਆ? ਬਿਲਕੁਲ ਜੀ, ਦੇਖੋ, ਇਤਿਹਾਸ ਜੋ ਗਾਈਡਲਾਈਨਸ ਮਤਲਬ ਧਾਰਮਿਕ ਭਾਵਨਾ ਨੂੰ ਠੇਸ ਨਾ ਪਹੁੰਚਾਵੇ, ਉਹ ਸੇਮ ਉਸ ਪੈਰਾਮੀਟਰ 'ਤੇ ਫਿਲਮ ਬਣੀ ਹੈ ਜੀ। ਹਾਂ ਜੀ, ਅੱਜ ਹਰਿਮੰਦਰ ਸਾਹਿਬ ਪਹੁੰਚੇ, ਕੀ ਕਹਿਣਾ ਚਾਹੁੰਦੇ? ਸ਼ੁਕਰ ਕਰਨਾ ਚਾਹੁੰਦੇ ਹਾਂ ਮਹਾਰਾਜ ਦਾ ਜੀ, ਕਿ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਦਰਸ਼ਨੀ ਦੀਦਾਰ ਬਖਸ਼ੇ ਨੇ, ਸ਼ੁਕਰਾਨਾ ਕਰਨ ਆਏ ਹਾਂ, ਔਰ
ਇਸ ਕਲਯੁਗ 'ਚ ਜਿੱਥੇ ਅਸੀਂ ਵਿਚਰ ਰਹੇ ਹਾਂ ਸਾਡੇ ਤੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੀਆਂ ਨੇ। ਅਸੀਂ ਦੁਨਿਆਵੀ ਜੀਵ ਹਾਂ, ਮਨਮੁਖੀ ਜੀਵ ਹਾਂ, ਅਤੇ ਮਹਾਰਾਜ ਦੇ ਚਰਨਾਂ 'ਚ ਭੁੱਲਾਂ ਚੁੱਕਾਂ ਗਲਤੀਆਂ ਦੀ ਮਾਫ਼ੀ ਲੈਣ ਆਏ ਹਾਂ ਕਿ ਮਹਾਰਾਜ ਸਾਨੂੰ ਸਮਰੱਥ ਬਖਸ਼ੋ ਔਰ ਆਪਣੇ ਚਰਨਾਂ ਨਾਲ ਜੋੜੋ। ਕੋਟਨ ਕੋਟ ਸ਼ੁਕਰਾਨਾ ਕਰਨ ਆਏ ਹਾਂ। ਜਿਹੜਾ ਕਾਰਜ ਮਹਾਰਾਜ ਨੇ ਸਾਨੂੰ ਬਖਸ਼ਿਆ, ਉਸ ਕਾਰਜ ਦੇ ਸੰਬੰਧ ਅਸੀਂ ਬੀਬੀ ਰਜਨੀ ਫਿਲਮ ਬਣਾਈ ਹੈ, ਜੋ ਸਿੱਖ ਇਤਿਹਾਸ ਦਾ ਬਹੁਤ ਵੱਡਾ ਪਹਿਲੂ ਆਪਦੇ ਆਪ 'ਚ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਜਿਸ ਧਰਤੀ 'ਤੇ ਖੜ੍ਹੇ ਹਾਂ। ਕਿਵੇਂ ਬੀਬੀ ਰਜਨੀ ਨੂੰ ਇੱਕ ਭਰੋਸੇ ਦੇ ਰੂਪ 'ਚ ਉਹਨਾਂ ਨੇ ਇੰਨਾ ਸਿਦਕ ਬਖਸ਼ਿਆ ਔਰ ਪ੍ਰੇਮ ਬਖਸ਼ਿਆ। ਬੀਬੀ ਰਜਨੀ ਦਾ ਟੁੱਟ ਭਰੋਸਾ ਅੱਜ ਦੇ ਸਮਾਜ 'ਚ ਪੈਰ ਪੈਰ 'ਤੇ ਸਾਡੇ ਕੰਮ ਆਉਂਦਾ। ਅਸੀਂ ਉਹਨਾਂ ਤੋਂ ਯਕੀਨ ਲੈ ਕੇ, ਭਰੋਸਾ ਲੈ ਕੇ ਪਰਮਾਤਮਾ 'ਚ ਯਕੀਨ ਰੱਖਦੇ ਹਾਂ ਔਰ ਅੱਗੇ ਲਈ ਵੀ ਅਸੀਂ ਇਹ ਕਾਰਜ ਨੇ ਜਿਹੜੇ ਪੰਥ ਭਲਾਈ ਦੇ ਔਰ ਸਾਡਾ ਜਿਹੜਾ ਸਿੱਖ ਇਤਿਹਾਸ ਹੈ, ਸਿੱਖ ਹਿਸਟਰੀ ਹੈ, ਉਹਦੇ 'ਤੇ ਗੀਤ ਵੀ ਕਰਦੇ ਰਹਾਂਗੇ ਔਰ ਫਿਲਮਾਂ ਵੀ ਮਹਾਰਾਜ ਸਾਡੇ ਤੋਂ ਬਣਵਾਉਣਗੇ। ਸ਼ੁਕਰਾਨਾ ਕਰਨ ਆਏ ਹਾਂ। ਔਰ 30 ਅਗਸਤ ਨੂੰ ਬੀਬੀ ਰਜਨੀ ਸਾਡੀ ਜਿਹੜੀ ਫਿਲਮ ਹੈ ਵਰਲਡ ਵਾਈਡ ਰਿਲੀਜ਼ ਹੋਊਗੀ। ਸੋ ਮੈਂ ਸਭ ਨੂੰ ਬੇਨਤੀ ਕਰਦਾ, ਮੈਂ ਦਰਬਾਰ ਸਾਹਿਬ ਦੇ ਅੱਗੇ ਖੜ੍ਹਾ, ਸਿੱਖ ਲਈ ਦਰਬਾਰ ਸਾਹਿਬ ਤੋਂ ਉੱਤੇ ਦੁਨੀਆ 'ਚ ਹੋਰ ਕੁਛ ਨਹੀਂ। ਮੈਂ ਬਸ ਇਹੀ ਬੇਨਤੀ ਕਰੂੰਗਾ ਕਿ ਇਹ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਪਰਿਵਾਰਾਂ ਨੂੰ, ਆਉਣ ਵਾਲੀ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜੀਏ। ਅਸੀਂ ਆਪਣਾ ਫਰਜ਼ ਪੂਰਾ ਕੀਤਾ, ਜਿਨ੍ਹਾਂ ਮੇਕਰਸ ਨੇ ਫਿਲਮ ਬਣਾਈ ਹੈ, ਸਾਰੀ ਟੀਮ ਨੇ ਫਿਲਮ ਬਣਾਈ ਹੈ ਬਹੁਤ ਜੀ ਜਾਨ ਨਾਲ ਔਰ ਬਹੁਤ ਪਿਆਰ ਪ੍ਰੇਮ ਹਲੀਮੀ ਨਾਲ ਫਿਲਮ ਬਣਾਈ ਹੈ। ਹੁਣ ਤੁਸੀਂ ਜਿੱਥੇ ਵੀ ਦੁਨੀਆ 'ਚ ਵੱਸਦੇ ਹੋ, ਆਪਣੇ ਪਰਿਵਾਰਾਂ ਨਾਲ ਵੱਸਦੇ ਹੋ, ਆਪਣੇ ਬੱਚਿਆਂ ਨਾਲ ਵੱਸਦੇ ਹੋ, ਆਪਣਾ ਫਰਜ਼ ਨਿਭਾਓ ਤਾਂ ਜੋ ਹੋਰ ਆਉਣ ਵਾਲੇ ਸਮੇਂ 'ਚ ਸਿੱਖ ਹਿਸਟਰੀ 'ਤੇ, ਆਪਣੇ ਇਤਿਹਾਸ 'ਤੇ, ਆਪਣੇ ਸੱਭਿਆਚਾਰ 'ਤੇ ਫਿਲਮਾਂ ਬਣ ਸਕਣ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ। 30 ਅਗਸਤ ਨੂੰ ਬੀਬੀ ਰਜਨੀ ਜ਼ਰੂਰ ਆਪਦਿਆਂ ਪਰਿਵਾਰਾਂ ਨਾਲ ਦੇਖਣੀ। ਮੇਰਾ ਰਾਜਕੁਮਾਰ ਇੰਦਰ ਦਾ ਰੋਲ ਹੈ, ਜਿਹੜਾ ਕਿ ਫਿਲਮ ਦੇ ਵਿੱਚ ਤੁਸੀਂ ਦੇਖੋਗੇ, ਕਾਫੀ ਅੱਛਾ ਕਰੈਕਟਰ ਹੈ। ਹੁਣ ਮੈਂ ਉਹਨੂੰ ਹਲੇ ਰਿਵੀਲ ਨਹੀਂ ਕਰ ਸਕਦਾ। ਬੀਬੀ ਰਜਨੀ ਜੀ ਦੇ ਨਾਲ ਉਹ ਕਰੈਕਟਰ ਕਾਫੀ ਜ਼ਿਆਦਾ ਰਿਲੇਟ ਕਰਦਾ। ਸੋ ਜਦੋਂ ਤੁਸੀਂ ਫਿਲਮ ਦੇਖੋਗੇ ਉਹਦੇ 'ਚ ਤੁਹਾਨੂੰ ਪਤਾ ਲੱਗੂਗਾ। ਬਹੁਤ ਮਿਹਰਬਾਨੀ।